ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਲੌਕਡਾਊਨ ਲਗਾਇਆ ਗਿਆ ਹੈ ਅਤੇ ਸਾਰੀਆਂ ਦੁਕਾਨਾਂ ਨੂੰ 6:30 ਵਜੇ ਤੱਕ ਬੰਦ ਕਰਨ ਦੇ ਹੁਕਮ ਲਾਗੂ ਕੀਤੇ ਗਏ ਹਨ। ਇਸੇ ਤਹਿਤ ਜਦੋਂ ਸਾਡੀ ਟੀਮ ਵੱਲੋਂ 7 ਵਜੇ ਦੇ ਕਰੀਬ ਮਲੇਰਕੋਟਲਾ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਸਾਰੇ ਕੰਮਕਾਰਾਂ ਦੀਆਂ ਦੁਕਾਨਾਂ ਬੰਦ ਪਈਆਂ ਸਨ, ਪਰ ਬਿਜਲੀ ਰੋਡ ਤੋਂ ਕੁੱਟੀ ਰੋਡ, ਸੱਟਾ ਚੌਂਕ, ਕਲੱਬ ਚੌਂਕ ਆਦਿ ਜਗ੍ਹਾ 'ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਨਜ਼ਰ ਆ ਰਹੇ ਸਨ ਅਤੇ ਲੋਕ ਵੀ ਸ਼ਰਾਬ ਖਰੀਦ ਰਹੇ ਸਨ। ਸਾਡੀ ਟੀਮ ਨੂੰ ਦੇਖ ਕੇ ਠੇਕੇ ਦੇ ਕਰਿੰਦੇ ਠੇਕਾ ਖੁੱਲ੍ਹਾ ਛੱਡ ਕੇ ਭੱਜ ਗਏ ਜਾਂ ਅੰਦਰੋਂ ਹੀ ਠੇਕਾ ਬੰਦ ਕਰਨ ਲੱਗ ਪਏ। ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ। ਜਦੋਂ ਇਸ ਸੰਬੰਧੀ SHO ਸਿਟੀ ਇੱਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਠੇਕੇ ਬੰਦ ਕਰਨ ਦਾ ਸਮਾਂ 6:30 ਵਜੇ ਦਾ ਹੈ ਅਤੇ ਉਹ ਹੁਣੇ ਠੇਕੇ ਬੰਦ ਕਰਵਾ ਕੇ ਆਏ ਹਨ, ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਠੇਕੇ ਖੁੱਲ੍ਹੇ ਹੋਣ ਦੀ ਇਤਲਾਹ ਦੇਣ ਤੋਂ ਬਾਅਦ ਉਹਨਾਂ ਕਿਹਾ ਕਿ ਜੇਕਰ ਕੋਈ ਠੇਕਾ ਖੁੱਲ੍ਹਾ ਹੋਇਆ ਤਾਂ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਾਈਮ ਮਲੇਰਕੋਟਲਾ ਤੋਂ ਅਸਲਮ ਨਾਜ਼ ਦੀ ਰਿਪੋਰਟ।